ਲਓ ਜੀ ਹੁਣ ਮੇਰਾ ਪੁੱਤ ਕੋਈ ਸ਼ਹਿਰ ਆਇਆ ਨਾ ਜਾਵੀਂ ਭੁੱਲ ਨਾ ਜਾਵੀਂ ਇੱਥੇ ਹੈ ਨਹੀਂ ਅੱਬਾ ਜੀ ਬਾਕੀ ਤੇ ਆਪ ਹਫਤਾ ਹੋ ਗਿਆ ਪੈਕਿੰਗ ਹੀ ਕਰਨ ਨੇ ਆ ਕੱਪੜੇ ਸੀਗੇ ਮੈਂ ਕਿਹਾ ਸਿੱਧੇ ਪਤਰੇ ਕਰ ਲਵਾਂ ਬੜਾ ਔਖਾ ਹੋ ਗਿਆ ਤੈਨੂੰ ਮੈਂ ਹੁਣ ਬਾਹਰ ਕੱਲ ਲੱਗਾ ਵਾਂ ਸਮਝ ਲੱਗੀ ਨਾ ਮੈਂ ਬੜਾ ਪੈਸਾ ਚੁੱਕਿਆ ਵਾ ਕਿਸੇ ਕੋਲ ਉਧਾਰ ਤੇ ਮੇਰਾ ਪੁੱਤਰ ਉੱਥੇ ਹੁਣ ਧਿਆਨ ਨਾਲ ਕੰਮ ਕਰੀ ਹੈ ਪਰੇਸ਼ਾਨੀ ਨਾ ਕੋਈ ਆਵੇ ਮੈਨੂੰ ਤੁਸੀਂ ਫਿਕਰ ਨਹੀਂ ਕਰਨੀ ਮੈਂ ਤੁਹਾਨੂੰ ਏਅਰਪੋਰਟ ਤੋਂ ਚੜ੍ਹਨ ਤੋਂ ਆਪਣਾ ਜਹਾਜ਼ ਚੜ੍ਹਨ ਤੋਂ ਪਹਿਲੇ ਵੀ ਫੋਨ ਕਰ ਦੇਣਾ ਤੇ ਉੱਥੇ ਉਤਰ ਕੇ ਵੀ ਫੋਨ ਕਰ ਦੇਣਾ ਬਾਕੀ ਅੱਲਾ ਖੈਰ ਕਰੇਗਾ ਮੈਨੂੰ ਪਤਾ ਹੈ ਬਾ ਜੀ ਭੁੱਲੇ ਨਾ ਇਸ ਗੱਲ ਨੂੰ ਹੁਣ ਮੱਖੀ ਕਿੱਧਰ ਗਿਆ ਚਲਾ ਇੱਥੇ ਹੀ ਆ ਭਾਈ ਇੱਥੇ ਹੀ ਹੋਣਾ ਆ ਜਾ ਪੁੱਤਰ ਹੁਣ ਭਰਾ ਉੱਥੇ ਜਾ ਕੇ ਇੰਜ ਦੀਆਂ ਕਰਤੂਤਾਂ ਨਾ ਕਰੀ ਚੌਂਕਾਂ 'ਚ ਬਹਿ ਛੱਡਿਆ ਚਾਵਾ ਪੀ ਛੱਡੀਆਂ ਫਟਿਆ ਤੇ ਸਾਰੀ ਸਾਰੀ ਰਾਤ ਗੁਜ਼ਾਰਤੀ ਉੱਥੇ ਕੋ ਜਾ ਕੇ 4 ਆਨੇ ਰੁਪਈ ਕਮਾ ਵੀ ਲਵੀ ਭਾਜੀ ਦੁਬਈ 'ਚ ਕੌਣ ਬਹਿਣ ਦਿੰਦਾ ਮੈਨੂੰ ਨਹੀਂ ਪਤਾ ਕਿੱਡੇ ਵਕਤਾਂ ਨਾਲ ਮੈਂ ਚੱਲਾਂ ਮੈਂ ਉੱਥੇ ਕੰਮ ਕਰਨ ਚੱਲਾਂ ਫਿਰ ਚੱਲਾਂ ਵਕਤਾਂ ਨਾਲ ਨਹੀਂ ਚੱਲਾਂ ਵਖਤ 'ਚ ਤੇ ਅਸੀਂ ਪੈ ਗਏ ਆ ਪਿਓ ਤੇਰੇ ਨੇ ਤੇ ਹੁਣੀ ਅੱਖਾਂ ਚੇਂਜ ਕਰ ਲਈਆਂ ਕੀ ਮਤਲਬ ਆ ਉਹ ਯਾਰ ਗੱਲ ਉਹਦੀ ਸਹੀ ਆ ਵੀ ਮੈਨੂੰ ਨਾ ਧੜਕੂ ਲੱਗਾ ਰਹਿਣਾ ਵਾ ਤੂੰ ਇਹ ਆਦਤਾਂ ਨਾ ਉੱਥੇ ਕਰੀ ਮੇਰਾ ਭਰਾ ਸਮਝ ਲੱਗੀ ਨਾ ਮੇਰਾ ਭਾਈ ਮੈਂ ਚੱਲਾਂ ਉੱਥੇ ਕੰਮ ਕਰਨ ਮੈਂ ਉੱਥੇ ਕੋਈ ਗਦੌਰੀ ਕਰਨ ਨਹੀਂ ਚੱਲਾਂ ਮੈਨੂੰ ਪਤਾ ਜਿੱਦਾਂ ਤੁਸੀਂ ਪੈ ਇਕੱਠੇ ਕਰਕੇ ਮੈਨੂੰ ਭੇਜ ਜਾਂਦੇ ਮੈਂ ਪਾਗਲ ਦਾ ਪੁੱਤਰ ਆ ਵੀ ਮੈਂ ਉੱਥੇ ਜਾ ਕੇ ਕੰਮ ਇਹੋ ਜੇ ਕਰਾਂ ਤੂੰ ਪਾਗਲ ਦਾ ਪੁੱਤਰ ਹੀ ਆ ਤੂੰ ਨਹੀਂ ਸਾਨੂੰ ਜੰਮਿਆ ਹੀ ਤੈਨੂੰ ਜੰਮਿਆ ਵਾ ਸਮਝ ਲੱਗੀ ਆ ਕਿ ਨਹੀਂ ਮੱਖੀ ਪੁੱਤ ਵੇਖ ਲੈ ਹੁਣ ਇਹਦੇ ਕਹਿਣ ਤੈਨੂੰ ਬਾਹਰ ਭੇਜਣ ਲੱਗੇ ਆ ਇਹਨੂੰ ਮੈਂ ਬਥੇਰੇ ਤਰਲੇ ਕੀਤੇ ਵੀ ਇੱਥੇ ਕੰਮ ਕਰ ਲੈ ਪਾਕਿਸਤਾਨ 'ਚ ਕੋਈ ਥੋੜਾ ਰਿਜ਼ਕ ਨਹੀਂ ਪਿਆ ਇਹ ਆਪਦੇ ਬੇਲੀ ਦੇ ਮਗਰ ਲੱਗ ਗਈ ਮੇਰਾ ਬੇਲੀ ਬਾਹਰ ਗਿਆ ਤੇ ਹੁਣ ਮੈਂ ਵੀ ਬਾਹਰ ਹੀ ਜਾਣਾ ਮੈਂ ਲੋਕਾਂ ਕੋਲ ਫੜ ਫੜਾ ਕੇ ਮੇਰੀ ਗੁੰਜਾਇਸ਼ ਨਹੀਂ ਸੀ ਇੰਨੀ ਤੈਨੂੰ ਬਾਹਰ ਘਲਾਣ ਦੀ ਫਿਰ ਵੀ ਤੈਨੂੰ ਬਾਹਰ ਘਲਾਣ ਲੱਗਾ ਵਾਂ ਉਹ ਭਾਜੀ ਆ ਫਰੋਜ਼ ਆ ਫਰਜ਼ੰਦ ਸੀ ਮੁੰਡਾ ਹਾਂ ਇੱਥੋਂ ਆ ਜਿਹੜਾ ਚੌਂਕ 'ਚ ਮੇਰੇ ਨਾਲ ਫਿਰਦਾ ਸੀ ਇਹਨੂੰ 2 ਸਾਲ ਹੋ ਗਏ ਦੁਬਈ ਗਏ ਨੂੰ ਹੁਣ ਵੇਖ ਲਓ ਉਹਨਾਂ ਦਾ ਘਰ ਵੀ ਬਣਨ ਦੇ ਆ ਉਹਦੇ ਭਰਾ ਨੂੰ ਮੋਟਰਸਾਈਕਲ ਵੀ ਵੱਡੀ ਉਹਨੇ ਲੈਤੀ ਆ ਨਿੱਕੀ ਭੈਣ ਦਾ ਵਿਆਹ ਵੀ ਕਰ ਦਿੱਤਾ ਮੈਂ ਤਾਂ ਆ ਚਾਹ ਵਾ ਮੇਰੇ ਦਿਲ ਦੇ ਵਿੱਚ ਵੀ ਮੈਂ ਜਾ ਕੇ ਪੈਸੇ ਕਮਾਉਣੇ ਤੇ ਜਦੋਂ ਮੇਰਾ ਪੁੱਤ ਉੱਥੇ ਪੈਸੇ ਜੋੜਨੇ ਤੇਰੀ ਭੈਣ ਹੁਣ ਕੋਈ ਵਿਆਹਉਣ ਵਾਲੀ ਨਹੀਂ ਹੈਗੀ ਸਮਝ ਲੱਗੀ ਆ ਕਿ ਨਹੀਂ ਨਾਲੇ ਜਿਹੜੇ ਮੈਂ ਰਾਤੀ ਪੈਸੇ ਤੈਨੂੰ ਚੇਂਜ ਕਰਾ ਕੇ ਦਿੱਤੇ ਸਾਹਮਣੇ ਹਾਂਜੀ ਆ ਪਾਕਟ ਦੇ ਵਿੱਚ ਹੈਗੇ ਆ ਬਸ ਧਿਆਨ ਦੇ ਨਾਲ ਮੈਂ ਸ਼ਾਇਦ ਚਾਹੀਦੀ ਤੇ ਮੈਨੂੰ ਦੱਸ ਦੇ ਹੁਣੇ ਟਾਈਮ ਹੈਗਾ ਸ਼ਾਮ ਨੂੰ ਫਲੈਟ ਆ 4 ਵਜੇ 4 ਵਜੇ ਦੀ ਫਲੈਟ ਆ ਤੇ ਮੈਂ ਪੂਰੇ 1 ਵਜੇ ਉੱਥੇ ਇੰਟਰ ਹੋਣਾ 에ਅਰਪੋਰਟ ਦੇ ਵਿੱਚ ਪਹੁੰਚ ਜਾਗਾ ਮੈਂ ਗੱਡੀ ਵਾਲੇ ਨੂੰ ਕਹਿਤਾ ਬਾ ਠੀਕ ਆ ਇੱਥੇ ਅੰਗਰਨਾ ਨਾ ਹੁਣ ਕਰੀ ਇੱਥੇ ਤੇਰੇ ਕੋ ਘਰ ਦਾ ਘੰਟਾ ਕੰਮ ਕਰਾਇਆ ਤੇ ਤੂੰ 6-6 ਘੰਟੇ 7-7 ਘੰਟੇ ਸੁੱਤਾ ਉੱਥੇ ਤੂੰ ਪੂਰੀ ਦਿਹਾੜੀ ਲਾਵੇਂ ਤੇ ਮੁੜ ਕੇ ਪਤਾ ਲੱਗੇ ਜੀ ਮੁੰਡਾ ਹਫਤਾ ਕਮਰੇ ਚੋਂ ਨਹੀਂ ਨਿਕਲਣ ਡਿਆ ਉਹ ਭਾਈ ਕੋ ਜਾਂਦੇ ਸੈੱਟ ਹੋਣ ਨੂੰ ਟਾਈਮ ਤਾਂ ਲੱਗਣਾ ਕਿ ਨਹੀਂ ਉੱਥੇ ਮੈਨੂੰ ਸੈੱਟ ਉਹ ਜਿਹੜੇ ਪਹਿਲੇ ਗਏ ਉੱਥੇ ਖਰਾਬ ਆ ਸੈੱਟ ਹੀ ਆ ਬਾਹਰ ਕੌਣ ਆ ਬੈਲਾਂ ਦੇਈ ਜਾਂਦਾ ਇਹ ਕੌਣ ਆਇਆ ਓਏ ਆ ਜਾ ਭਾਈ ਆ ਕੌਣ ਬਾਹਰ ਆ ਗਿਆ ਉਹ ਕੋਈ ਆਇਆ ਹੋਣਾ ਇਹਦਾ ਕੋਈ ਬੇਲੀ ਮਿਲਣ ਮੁਲਣ ਵਾਲਾ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਹਾਈ ਸਾਹਿਬ ਨੇ ਭੇਜਿਆ ਮੈਨੂੰ ਸਮਾਨ ਤੁਹਾਡੀ ਗੱਲ ਹੋਈ ਸੀ ਹਾਂਜੀ ਮੁਖਤਾਰ ਸਾਹਿਬ ਨੇ ਹਾਂਜੀ ਅੱਛਾ ਅੱਛਾ ਉਹ ਕਹਿੰਦੇ ਸੀਗੇ ਕਿ ਉੱਥੇ ਉਹਨਾਂ ਦਾ ਬੇਟਾ ਉਹਨੂੰ ਸਮਾਨ ਪਹੁੰਚਾਉਣਾ ਹਾਂਜੀ ਬੈਠੋ ਬੈਠੋ ਸਮਾਨ ਬਸ ਮਿਹਰਬਾਨੀ ਤੇ ਸਮਾਨ ਤੁਸੀਂ ਛੋਟਾ ਭਾਈ ਹੈ ਅੱਛਾ ਅੱਛਾ ਇਹ ਸ਼ਾਮ ਨੂੰ ਜਾ ਰਿਹਾ ਵਾ 4 ਵਜੇ ਦੀ ਇਹਦੀ ਫਲੈਟ ਆ ਅੱਛਾ ਅੱਛਾ ਇਹ ਜਾ ਰਿਹਾ ਦੁਬਈ ਉੱਥੇ ਹਾਂਜੀ ਭਾਈ ਹਾਂਜੀ ਉਹ ਬਸ ਭਾਈ ਸਾਹਿਬ ਦੇ ਬੇਟੇ ਨੇ ਨਾ ਉੱਥੇ ਅੱਛਾ ਉਹ ਵੀ ਉੱਥੇ ਹੁੰਦੇ ਹਾਂਜੀ 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 ਉਹ ਮੁੰਡੇ ਬੜੇ ਬੀਬੇ ਕੰਮ ਵਾਲੇ ਉਹਨਾਂ ਦੇ ਨਾਲ ਜਰਾਨਾ ਉੱਥੇ ਲਾਈ ਤੇ ਫਜ਼ੂਲ ਉੱਥੇ ਰੱਖਦਾ ਕੋਈ ਨਾ ਕਰੀ ਮੈਨੂੰ ਕੋ ਤੇਰਾ ਗਲਤ ਫੋਨ ਆਇਆ ਤੇ ਮੈਂ ਤੇਰੀਆਂ ਲੱਤਾਂ ਫੋਨ ਤੇ ਤੋੜ ਦੇਣੀਆਂ ਭਾਈ ਪਰਦੇਸੀ ਪਰਦੇਸ ਜਾ ਲੱਗਾ ਵਾਂ ਹੁਣ ਤਾਂ ਕੋਈ ਉਹ ਭਾਜੀ ਕੋਈ ਐਸੀ ਗੱਲ ਨਹੀਂ ਭਾਜੀ ਉੱਥੇ ਜਾ ਕੇ ਬੜੇ ਬੜੇ ਸਿੱਧੇ ਹੋ ਜਾਂਦੇ ਨੇ ਹਾਂ ਉੱਥੇ ਜਾ ਕੇ ਨਾ ਆ ਜਿਹੜਾ ਸਾਡਾ ਮੁੰਡਾ ਹੈ ਜੀ ਹੁਣ ਤੁਸੀਂ ਦੇਖੋ 7 ਸਾਲ ਪਹਿਲੇ ਗਿਆ 7 ਸਾਲ ਪਹਿਲੇ ਗਿਆ ਤੇ ਹੁਣ ਅੱਲਾ ਦਾ ਦੇਖੋ ਕਿਹਸਾ ਕਰਮ ਆ ਕਿ ਆ ਜਿਹੜਾ ਪਾਣੀ ਨਹੀਂ ਹੁੰਦਾ ਮਸ਼ੀਨਾਂ ਨਾਲ ਸਾਫ਼ ਕਰਦੇ ਆ ਫਿਲਟਰ ਜਿਹੜਾ ਬੋਤਲਾਂ 'ਚ ਭਰਦੇ ਫਿਲਟਰ ਵਾਲਾ ਇਹਦੀ ਉਹਦੀ ਕੰਪਨੀ ਇੱਕ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਇੱਕ 12 ਮਸਦੇ ਨੇ ਉਹਦੇ ਮੰਡੀਆਂ 'ਚੋਂ ਨਾ ਸਮਾਨ ਲਿਆ ਕੇ ਅੱਗੇ ਸ਼ਹਿਰਾਂ 'ਚ ਜਿਹੜੇ ਦਿੰਦੇ ਨੇ ਇੱਕ ਉਹਨੇ ਆ ਜਿਹੜੇ ਆ ਬੁਟੀਕ ਨਹੀਂ ਸ਼ਰਟਾਂ ਸ਼ੂਟਾਂ ਵਾਲਾ ਕੰਮ ਹੁੰਦਾ ਜਿਹੜਾ ਇਹਦੀ ਉਹਨੇ ਫੈਕਟਰੀ ਲਾ ਲਈ 7 ਸਾਲਾਂ 'ਚ ਇਹ ਕੰਮ ਕੀਤਾ ਉਹਨੇ ਸੁਣ ਲਓ ਤੁਸੀਂ ਸੁਣ ਲਓ ਤੁਸੀਂ ਕਾਮਯਾਬ ਹੋਇਆ ਐਵੇਂ ਮੇਰਾ ਪੁੱਤਰ ਮੇਰੀ ਇੱਜ਼ਤ ਰੱਖ ਅੱਲਾ ਖੈਰ ਕਰੂਗਾ ਭਾਈ ਪਰੇਸ਼ਾਨ ਨਾ ਹੋ ਭਾਈ ਪਰੇਸ਼ਾਨ ਨਾ ਹੋ ਤਵਾਮੀ ਅੱਲਾ ਨੇ ਉਹਨਾਂ ਦੀ ਸੁਣ ਲਈ ਹੈ ਤੇ ਅੱਲਾ ਨੇ ਤੁਹਾਡੀ ਵੀ ਤਾਂ ਸੁਣੀ ਲੈਣੀ ਅੱਲਾ ਖੈਰ ਕਰੂਗਾ ਭਾਈ ਤੇ ਬਸ ਉਹ ਭਾਈ ਨੇ ਆਪਣੇ ਮੈਂ ਹਾਜੀ ਮੁਖਤਾਰ ਸਾਹਿਬ ਦਾ ਮੁਲਾਜ਼ਮ ਆ ਜੀ ਅੱਛਾ 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 ਤੇ ਉਹਨਾਂ ਨੇ ਕਿਹਾ ਜੀ ਜਾਗ ਦਿਓ ਤੇ ਉਹ ਸਾਡੇ ਸਾਹਿਬ ਹੀ ਨੇ ਨਾ ਜੀ ਹਾਜੀ ਮੁਖਤਾਰ ਸਾਹਿਬ ਬੜੇ ਸਾਡੇ ਪਿਆਰ ਵਾਲੇ ਜੀ ਆ ਜੀ ਅੱਛੇ ਲੋਕ ਨੇ ਬੜੇ ਭਲੇ ਲੋਕ ਨੇ ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਲੈ ਆਓ ਜਵਾਰ ਸਾਹਿਬ ਲੈ ਆਓ ਇਹ ਸਮਾਨ ਭੇਜਣਾ ਸਮਾਨ ਭੇਜਣਾ ਜੀ ਉੱਥੇ ਲੈ ਜਾਣਾ ਨਾ ਤੁਸੀਂ ਦੇ ਦੇਣਾ ਉਹਨਾਂ ਨੂੰ ਅੱਛਾ ਕੋਈ ਗੱਲ ਨਹੀਂ ਭਾਜੀ ਲੈ ਜਾਾਂਗੇ ਬੈਗ 'ਚ ਜਗ੍ਹਾ ਤਾਂ ਵਾ ਭਾਈ ਇਹ ਗੰਨੇ ਨੇ ਜੀ ਹੈ ਕੀ ਮੁਖਤਾਰ ਸਾਹਿਬ ਦੇ ਬੱਚੇ ਨੂੰ ਜਰਕਾਨ ਹੋਇਆ ਉੱਥੇ ਨਹੀਂ ਨਹੀਂ ਤੇ ਫੇਰ ਗੰਨੇ ਕਾਲੀ ਭੇਜਣੇ ਤੇ ਮਤਲਬ ਚੁੱਪਣ ਵਾਸਤੇ ਮੈਨੂੰ ਕਹਿੰਦਾ ਰਾਤੀ ਫੋਨ ਕਰਕੇ ਮੈਨੂੰ ਕਿਹਾ ਰਾਤੀ ਮੈਨੂੰ ਕਹਿੰਦਾ ਯਾਰ ਮੇਰਾ ਨਾ ਇੱਥੇ ਗੰਨਿਆਂ ਦਾ ਰਸਤਾ ਮਿਲਦਾ ਆ ਪਰ ਨਾ ਜੀ ਗੰਨੇ ਚੁੱਪਣ ਨੂੰ ਨਹੀਂ ਮਿਲਦੇ ਤੇ ਮੈਂ ਸਵੇਰੇ ਸਵੇਰੇ ਉੱਠ ਕੇ ਜਨਾਬ ਗਿਆ
गन्ने वढ के लिया मैं गन्ने लैके जाने यार तू ही लैके जाने होर कला कला इतों चला देना दुबई वाल भाजी मैं दुबई ट्राली तो चला इन्हें भीरे इन्हें जहाज दे विच जाना है एरो प्लान च हाँ इन्हें बस की छत ते नहीं जाना कि गन्ने उत्ते रख ले जाने मैं इतों लाहौर जाना वा लाहौरों फ्लैट है मेरी मैं जहाज विच दुबई जाना गन्ने नाल जिथे एडा वड्डा बंदा चला जा सकदा उत्थे गन्ने नहीं जा सकदे ओ पाए ना मुख्तार साहब मुंडे ने जी हाकी बनानी सी हाकी हाकी की लोड़ पै गई नहीं यार भाई ये गल नहीं लिया यार जीब जीब समान जी साग ये आ के मैं उन्हें फोन करके कह दूंगा जिदन पकाएगा ना उस दिन तेन भी उत्थे सदेगा फिर तू भी खाई है साग ये मुख्तार साहब का बेटा जेड़ा हाँ ये दुबई है हाँ जी हाँ जी आ जेड़े तू लवाजमात ले आउंदे आ मैनू लगदा ओ टेसियां रहिंदा है भाजी मैं दुबई चला वा बत्ती चक नहीं चला साग मैनू किन्ने जहाज विच खड़न देना वा नहीं नहीं साग जिथे बंदे जाने उथे साग भी चला जाएगा साग गन्ने ए कौन लेके जांदा नाल जी मुल्को बार तुसी लेके जाने ओ यार जे मैनू गन्ने देन दे ते नाल इक दा सूर भी दे दियो फिर मैं मतलब पता ते लगे कि कमाद पूरा वड के नाल सूर भी लेके चला भाजी कोई कपड़ा दियो कोई शैंपू आ कोई गल सिगरेट पानी हुंदा वा कोई इन दीयां शैवां जिहड़ियां बैग च आ जाना की है जी मुंडा साडा ऐस बगल दे विच साग लिया होवे सिर ते गन्ने रखे होण ए बड़ा किते मैं दुबई शहर चला भी अपनी फुफी वाल चला देर बाद नाल साग लै जावां ते गन्ने लै जावां जी आ की ए की ए लकड़ा ने जी देखो गैस दे उत्ते ना साग दा मजा नहीं हुंदा भाई की हो गया यार कैसा बंदा यार तुसी भेजिया बिल्कुल नहीं मजा आता जो गैस से पकाया साग हों ना होनिया तो यह चाहिए सी पाथियां ले जाते मैं तुम पाथियां दिता यार तू पाथियां जरूर देनी सानू तो तू इंज कर ना तो तू उ लै जा ना जहाजा अड्डे उथे मझ लै जा ताज़ा करी जाएगी तो जेडे जहाज ने दुबई जाना पत पत के वे लाई जाए और तेरा दिमाग नहीं कम करता भाजी मैनू खुदा की कसम चुका लो 100 साल तो भी उपर हो गया दुबई च गैस आ गई हुई है नहीं नहीं गैस से मजा नहीं बनता यार ओ मता यार इनू परे ते रखो मेरे कपड़े दस लकड़ा आके नाल ले जा मैं जहाज च गुल्ली डंडा खेडते जाना वा कित मुख्तार साहब ने छोटा जा आरा ना नाल भेज दे भी कट कट भी दईए उन्हें बालन बना के अजीब गल है यार ये लकड़ा यानी कि बाल के ते साग ओते ते पकाउणा हां जी हां जी तुसी जरूर खाना है बहुत अच्छा गंदलां वाला साग आ हां जी ये गोभी सरों नहीं हैगी जिहड़ी मिठी पकेगी साग आसे पासे जिदा अरबी बहिंदे नहीं उत्थे दुबई च खांदे आ बकरा ते चौल इदां च साग पा के आसे पासे बह के पहली बुरकी तू लाउणी है तू दसणा है कि साग किदां दा बणिया ओ की खांदे आ अरबी बकरा ते चौल यार इह तो परे रख की साग दे विच गन्ने ला ला चूपणगे मैनू अब्बा जी ये दसो भी तुसी मेरा वीजा दुबई दा लवाया कि भूआ दा लवाता मैं भूआ चला वा मैं चला मेरे को अटैची है देखो कपड़े है मेरे कागजात है इदां दी कोई चीज दसण दे कि अवारा टाइप लड़का है कोई अवारा टाइप लड़का ओनू भी लग गया पता मशहूर हो गया इन्हें तो नहीं कामयाब होना उत्थे मैनूं थाने कामयाब होना नहीं जेंगे तो लवाजमात भेजणे आ अवारा है मैनूं थाने फड़वा दिओ फिर थाने भजवा दिओ दुबई रहण दिओ आ तू तुहानूं नहीं पता कदे नहीं तुहाडा कोई बंदा बाहर गया यार इदां दा समान कौन लैके जांदा बाहर यार नाल कुछ अज दा समान होवे बंदा लै भी जांदा ऐ ना उहदी मां दा ना हत्थां दा कूलर सी अल्लाह जनतां च घर करे ਉਹਦੀ ਮਾਂ ਲੈ ਕੇ ਆਈ ਕੂਲਰ ਤਿੰਨ ਦਿਨ ਹੋਏ ਕੂਲਰ ਲਿਆਂਦੇ ਨੂੰ ਅੱਲਾ ਨੂੰ ਪਿਆਰੀ ਹੋ ਗਈ ਰਾਤੀ ਬੜਾ ਰੋਵੇ ਕਹਿੰਦਾ ਜੀ ਜਿਹੜਾ ਅੰਮੀ ਨੇ ਕੂਲਰ ਲੈ ਕੇ ਆਉਂਦਾ ਸੀ
ਉਹ ਜੇ ਤੁਸੀਂ ਮੈਨੂੰ ਭੇਜ ਦਿਓ ਨਾ ਤੇ ਉਸ ਕੂਲਰ 'ਚ ਪਾਣੀ ਪਾ ਪਾ ਪੀਵਾਂ ਤੇ ਮੈਨੂੰ ਠੰਡ ਪਵੇ ਇਹ ਕੂਲਰ ਵੀ ਮੈਂ ਲੈ ਕੇ ਜਾਣਾ ਹਾਂਜੀ ਇਹ ਮੈਂ ਇੱਕੋ ਹੀ ਸ਼ਰਤ ਲਿਜਾ ਸਕਦਾ ਇਹਦੇ 'ਚ ਨਾ ਮੈਨੂੰ ਚਾਰ ਪੰਜ ਦਰਜਨਾਂ ਆਂਡੇ ਵੀ ਪਾ ਦਿਓ ਤਾਂ ਕਿ ਜਾਂਦੇ ਜਾਂਦੇ ਜਹਾਜ਼ 'ਚ ਮੈਂ ਗਰਮ ਆਂਡੇ ਦੀ ਆਵਾਜ਼ ਵੀ ਲਾਵਾਂ ਗਰਮ ਆਂਡੇ ਤਾਂ ਕਿ ਮੇਰੀ ਦੁਬਈਓਂ ਵਾਪਸੀ ਦੀ ਕੋਈ ਟਿਕਟ ਦਾ ਵੀ ਸਿਲਸਿਲਾ ਬਣਿਆ ਯਾਰ ਆ ਕੂਲਰ ਕੌਣ ਲੈ ਕੇ ਜਾਂਦਾ ਭਾਜੀ ਮੈਂ ਆਪਣੇ ਸਿਰ 'ਚ ਮਾਰ ਲੈਣਾ ਕੂਲਰ ਮਾਰ ਲੈਣਾ ਇੱਦਾਂ ਕਹਿੰਦਾ ਨਮਕ ਦੀ ਪੁੜੀਆਂ ਬਣਾ ਲੈ ਓ ਯਾਰ ਮੈਂ ਮਿਸਾਲ ਦਿੱਤੀ ਹੈ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ ਹਾਂ ਇਹ ਭੈਣ ਉੱਥੇ ਕੀ ਚੱਕਰ ਜੇ ਸਾਡਾ ਉੱਥੇ ਚੱਲਣ ਦਿਆ ਨਹੀਂ ਇਹ ਠੀਕ ਹੈ ਇਹ 'ਚ ਪੰਜ ਦਰਜਨ ਆਣੇ ਪੈ ਜਾਂਦੇ ਇਹ ਹੈ ਕਿ ਜਹਾਜ਼ 'ਚ 350 ਬੰਦਾ ਹੁੰਦਾ ਦੋ ਗੇੜੇ ਲੱਗਣੇ ਆ ਦੇਖ ਲਈ ਦੂਜੇ ਗੇੜੇ ਤੇ ਨਾ ਅੱਧ 'ਚ ਤੂੰ ਆਉਣਾ ਤੇਰੇ ਆਂਡੇ ਮੁੱਕ ਜਾਣੇ ਓ ਯਾਰ ਇਹ ਮੁੰਡਾ ਸੀ ਭੇਜਣ ਲੱਗੇ ਜੇ ਜਹਾਜ਼ ਦੀ ਇਹ ਹੋਸਟਲ ਆ ਹੈ ਹੋਸਟਸ ਹੁੰਦਾ ਭਾਜੀ ਓ ਚੱਲ ਜੋ ਵੀ ਹੁੰਦਾ ਯਾਰ ਅਸੀਂ ਉੱਥੇ ਜੁਮਾ ਬਾਜ਼ਾਰ ਲਵਾਉਣਾ ਇੱਕ ਕਿੰਨੇ ਸੰਦੇ ਜਾਣਦਾ ਬੰਸ ਬੰਨੇ ਇਹ ਬੱਚੇ ਨੂੰ ਭੇਜਣਾ ਜੀ ਇਹ ਲਿਆਂਦਾ ਕਿੰਨੇ ਸੀ ਇਹ ਅੰਮਾ ਜੀ ਨੇ ਲਿਆਂਦਾ ਸੀ ਕਿੰਨੀ ਦੇਰ ਬਾਅਦ ਫੌਤ ਹੋਈ ਹੈ ਜਦੋਂ ਲਿਆਂਦਾ 3-4 ਦਿਨ ਬਾਅਦ ਤੇ ਉਸ ਮੁੰਡੇ ਨਾਲ ਤੁਹਾਨੂੰ ਪਿਆਰ ਨਹੀਂ ਪਿਆਰ ਹੈ ਤੇ ਉਹ ਦਿਲ ਕਰੇ ਇਹਨੂੰ ਵੇਖ ਕੇ ਮਾਂ ਕੋ ਚਲ ਜੇ ਆ ਮੈਂ ਜੀ ਕੂਲਰ ਨਾਲ ਲੈ ਕੇ ਚੱਲਾਂ ਜਹਾਜ਼ 'ਚ ਤੁਹਾਨੂੰ ਕੀ ਲੱਗਦਾ ਕਿ ਜਹਾਜ਼ 'ਚ ਸਾਰੇ ਦੌੜਨ ਦੇ ਹੁੰਦੇ ਆ ਅੱਜ ਘੜੀ ਮੁੜੀ ਮੈਂ ਕਹਿਣਾ ਪਾਣੀ ਪੀ ਲਾ ਪਾਣੀ ਪੀ ਲਾ ਪਾਣੀ ਪੀ ਲਾ ਮਤਲਬ ਆਪਣੀ ਆਪਣੀ ਜਗ੍ਹਾ ਤੇ ਬੈਠੇ ਯਾਰ ਮੈਂ ਕੂਲਰ ਕਿੱਥੇ ਰੱਖਣਾ ਯਾਰ ਓਏ ਬੱਸ ਦੇ ਵਿੱਚ ਹੁੰਦੇ ਆ ਡੰਡੇ ਫੜਨ ਵਾਲੇ ਹਾਂ ਉਹਦੇ ਵਿੱਚ ਬੰਦਾ ਇੱਕ ਲੋ ਕੇ ਆਂਡਿਆਂ ਦੀ ਆਵਾਜ਼ ਦਿੰਦਾ ਇਹ ਕੀ ਕਰੇਗਾ ਹੈ ਜੇ ਜਹਾਜ਼ ਥੱਲੇ ਚੱਲਾ ਤੇ ਜਾ ਕੇ ਉਹ ਕੀ ਚਲਾਉਂਦੇ ਹੁੰਦੇ ਜਹਾਜ਼ ਕੌਣ ਨਹੀਂ ਉਹ ਜਹਾਜ਼ ਦੇ ਅੱਗੇ ਉਹ ਯਾਰ ਜਹਾਜ਼ ਦੇ ਅੱਗੇ ਕਿਹੜਾ ਕਿ ਖੋਤਾ ਰੇੜੀ ਆ ਜਾਣੀ ਕਿ ਉਹਨੇ ਬ੍ਰੇਕ ਮਾਰਨੀ ਤਾਂ ਸਾਰੇ ਇੰਜ ਕਰਕੇ ਇੰਜ ਆ ਜਾਣੇ ਅੱਗੇ ਨੂੰ ਉਹ ਗਲਤ ਕਿਸਮ ਦੇ ਬੱਚੇ ਮੈਂ ਮਿਸਾਲ ਦਿੱਤੀ ਆ ਕਿ ਵੀ ਮੈਂ ਇਹਦੇ 'ਚ ਆਂਡੇ ਲੈ ਕੇ ਜਾਣੇ ਆ ਯਾਰ ਜਹਾਜ਼ ਦੇ ਵਿੱਚ ਤੁਹਾਡਾ ਆਪਸ ਦਾ ਸਮਾਨ ਹੁੰਦਾ ਕਿ 20 ਕਿਲੋ 30 ਕਿਲੋ ਦੀ ਇਜਾਜ਼ਤ ਹੁੰਦੀ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਆ ਤੇਰਾ ਕੱਲਾ ਕੂਲਰ ਹੁਣ ਮੈਂ 5 ਕਿਲੋ ਦਾ ਆ ਤੇਰਾ ਤਸਲਾ 15 ਕਿਲੋ ਦਾ ਖਰੇ ਕਿੰਨੇ ਕਿਲੋ ਦਾ ਮੈਨੂੰ ਤਾਂ ਪੈ ਜਾਣਾ 32 ਲੱਖ ਰੁਪਏ ਉੱਤੇ ਤੂੰ ਕਿਹੜਾ ਬੇਟੇ ਸਿਰ ਤੇ ਲੈ ਕੇ ਜਾਣੇ ਆ ਖੋਤਾ ਰੇੜੀ ਤੇ ਚੱਲਾਂ ਮੈਂ ਤੇ ਬਾਈ ਜਹਾਜ਼ ਨਹੀਂ ਚੁੱਕਣਾ ਨਾ ਵਜ਼ਨ ਕਿ ਤੂੰ ਕਿਹੜਾ ਚੁੱਕਣਾ ਓ ਯਾਰ ਜਹਾਜ਼ ਨੇ ਚੁੱਕਣਾ ਉਹਨਾਂ ਨੇ ਨਹੀਂ ਹੈ ਜਦੋਂ ਕੂਲਰ ਕੀ ਆ ਹੁਣ ਇਹ ਕੀ ਹਾਏ 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 ਲੋ ਜੀ ਇਹ ਟੇਚੀ ਕੇਸ ਆ ਇਹ ਜਿਹੜਾ ਟੇਚੀ ਕੇਸ ਆ ਨਾ ਜੀ ਹਾਏ 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 ਉਹਦੇ ਉੱਥੇ ਯਾਰ ਦੋਸਤ ਬਹੁਤ ਨੇ ਕਾਰੋਬਾਰ ਬਹੁਤ ਵਸੀ ਹੋ ਗਿਆ ਨਾ ਨਹੀਂ ਇਧਰੋਂ ਲਾਸ਼ ਭੇਜਣੀ ਆ ਕਿ ਉਧਰੋਂ ਮੰਗਵਾਉਣੀ ਆ ਕਾਦੇ ਚ ਅਟੇਚੀ ਚ ਨਹੀਂ ਨਹੀਂ ਲਾਸ਼ ਤਾਂ ਵਾਲਾ ਤਾਂ ਨਹੀਂ ਨਾ ਹੈਗਾ ਇਹ ਤਾਂ ਇਹਦੇ ਚ ਉਹਦੇ ਕੱਪੜੇ ਨੇ ਕਿਹਦੇ ਬਚਪਨ ਦੇ ਨਾ ਜਿਲੇ ਇੰਨਾ ਕੁ ਸੀ ਨਾ ਉਹ ਤੇ ਨਿੱਕੀਆਂ ਨਿੱਕੀਆਂ ਉਹਦੀਆਂ ਕੱਛੀਆਂ ਨਿੱਕੇ ਨਿੱਕੇ ਉਹਦੇ ਕੱਪੜੇ ਕਹਿੰਦਾ ਮੈਂ ਆਪਣੇ ਦੋਸਤਾਂ ਨੂੰ ਦਿਖਾਉਣੇ ਸਾਰੇ ਉੱਥੇ ਕਿ ਇਹ ਵੀ ਮੈਂ ਨਾਲ ਲੈ ਕੇ ਜਾਵਾਂ ਹਾਂਜੀ ਤੇ ਤੁਹਾਡੇ ਕੋਲ ਮੋਬਾਈਲ ਨਹੀਂ ਹੈਗਾ ਉਹ ਟੱਚ ਟੁੱਚ ਵਾਲਾ ਉਹਨੂੰ WhatsApp ਤੇ ਦਿਖਾ ਦਿਓ ਇਹ ਆਹ ਮੈਂ ਨਾਲ ਲੈ ਕੇ ਜਾਣਾ ਮੈਂ ਦੁਬਈ ਨਹੀਂ ਜਾਣਾ ਮੈਂ ਤਾਂ ਸਿੱਧਾ ਜੇ ਤੂੰ ਕਿੱਥੇ ਜਾਣਾ ਹੁਣ ਕਿਉਂ ਨਹੀਂ ਜਾਣਾ ਦੁਬਈ ਕਿਉਂ ਨਹੀਂ ਜਾਣਾ ਨਹੀਂ ਜਾਣਾ ਓ ਯਾਰ ਆ ਮੈਂ ਲੈ ਕੇ ਜਾਣਾ ਨਾਲ ਯਾਰ ਮੈਨੂੰ ਇੰਜ ਲੱਗਦਾ ਮੈਂ ਜੱਜ ਦੇ ਨਾਲ ਚੱਲਾਂ ਤੇ ਕੁੜੀ ਵਿਆਹੀ ਆ ਤੇ ਮੈਂ ਨਾਲ ਉਹਦੀ ਵਰੀ ਫੜੀ ਓ ਵਰੀ ਵਾਲਾ ਨਹੀਂਗਾ ਕੁੱਤੇ ਆ ਬੇਦ ਵਾਲਾ ਟਰੰਕ ਆ ਯਾਰ ਦੇ ਨਾ ਭਾਜੀ ਮੈਂ ਟਰੰਕ ਲੈ ਕੇ ਜਹਾਜ਼ 'ਚ ਵੜਾਂ ਮੈਂ ਸਿਰ ਤੇ ਟਰੰਕ ਚੁੱਕਿਆ ਹੋਵੇ ਅਗਲੇ ਕਹਿਣ ਯਾਰ ਨਾਈ ਆ ਤੂੰ ਆਪਣਾ ਲਾਗ ਫੜ ਤੂੰ ਤਾਂ ਪਰੇ ਹੋਣਾ ਕੋਈ ਮੈਨੂੰ ਕਹਿੰਦਾ ਯਾਰ ਪਤੀਸਾ ਕੱਢ ਕੇ ਦੇ ਪਜਾਵਾਂ ਦਾ ਕੋਈ ਮੈਨੂੰ ਕਹਿੰਦਾ ਯਾਰ ਸਾਡੀ ਬਿੱਲੀ ਰੱਖ ਲੈ ਯਾਰ ਮੈਂ ਦੁਬਈ ਚੱਲਾਂਗਾ ਯਾਰ ਮੈਂ ਭੂਆ ਚੱਲਾਂ ਯਾਰ ਯਾਰ ਕੀ ਯਾਰ ਖੁਦਾ ਦੀ ਕਿਸਮੇ ਬਰੀ ਵਾਲਾ ਟਰੰਕ ਤੂੰ ਸਾਨੂੰ ਦੇਣ ਦਿਆ ਇਹਨੂੰ ਪਰੇ ਰੱਖ ਦੇ ਯਾਰ ਇਹਨੂੰ ਪਰੇ ਰੱਖ ਦੇ ਯਾਰ ਨਹੀਂ ਸੂਟ 'ਚ ਵਾਕਈ ਨਿੱਕੇ ਨਿੱਕੇ ਆ ਜਿੱਦਾਂ ਚੱਕੀ ਫਿਰ ਲੈ ਆ ਜੀ ਹੁਣ ਕੀ ਚੱਲ ਕੀ ਆ ਹੁਣ ਇਹ ਮੰਜਾ ਆ ਜੀ ਇੱਥੇ ਰੱਖ ਦਿਓ ਉਹ ਤੁਹਾਡੀ ਦੱਸ ਦਿਓ ਜੀ ਦੱਸ ਦਿਓ ਇਹ ਮੰਜਾ ਹੈ ਜੀ ਅਸਲ 'ਚ ਮੁੰਡਾ ਹੈਗਾ ਆਪਣਾ ਪੇਂਡੂ ਕਹਿੰਦਾ ਅੱਬੂ ਜੀ ਇਹਨਾਂ ਬੈੱਡਾਂ 'ਤੇ ਨਾ ਸਾਡੇ ਕੋਲ ਨਹੀਂ ਜੇ ਸੁੱਤਾ ਜਾਂਦਾ ਇਹ ਵੀ ਮੈਂ ਲੈ ਕੇ ਜਾਣਾ ਤੈਨੂੰ ਅੱਗ ਲੱਗੀ ਸੀ ਕਹਿੰਦਾ ਕਿਤੇ ਮੰਜਾ ਭੇਜੋ ਨਾ ਮੈਨੂੰ ਇਹ ਦੱਸ ਹਾਂਜੀ ਮੁੰਡਾ ਤੁਹਾਡਾ ਬਾਹਰ ਗਿਆ ਹਾਂਜੀ ਹਾਂਜੀ ਹੈ ਹਾਂਜੀ ਤੇ ਸਾਨੂੰ ਇੰਜ ਲੱਗਣ ਡਿਆ ਜਿਵੇਂ ਉੱਥੇ ਕੁੜੀ ਦੇ ਬੈਠੇ ਆ ਤੇ ਅਸੀਂ ਉਹਦਾ ਪਿੱਛੋਂ ਜੇਜ ਭੇਜਣ ਡਿਆ ਆ ਆ ਤੂੰ ਕਿਹੜਾ ਕੰਮ ਛੱਡਣ ਡਿਆ ਯਾਰ ਕਹਿੰਦਾ ਰਾਤ ਨੂੰ ਕਹਿੰਦਾ ਬਾਹਰ ਦੇ ਮੁਲਕਾਂ 'ਚ ਨਾ ਛੱਤ ਤੇ ਮੰਜੇ ਡਾ ਕੇ ਕੋਈ ਨਹੀਂ ਸੌਂਦਾ ਬਾਹਰ ਦੇ ਮੁਲਕਾਂ 'ਚ ਮੈਂ ਕਿਹਾ ਲੇਕਿਨ ਤੂੰ ਸੌਏਗਾ ਤੂੰ ਨਾ ਰਾਤ ਨੂੰ ਇਸ ਮੰਜੇ ਤੇ ਬਹਿ ਕੇ ਉਹਦੇ ਨਾਲ ਤਾਸ਼ ਖੇਡਿਆ ਕਰਨੀ ਹੈ ਛੱਤ ਤੇ ਉੱਥੇ ਬਾਈ ਮੈਨੂੰ ਇੱਕ ਗੱਲ ਦੱਸ ਯਾਰ ਜੂਏ ਵਾਲੀ ਮੰਜੀ ਹੈ ਨਹੀਂ ਨਹੀਂ ਸਾਦੀ ਹੈ ਤੇ ਤਾਸ਼ ਇੱਥੇ ਬਹਿ ਕੇ ਖੇਡਣੀ ਹੈ ਨਹੀਂ ਥੱਲੇ ਬਹਿ ਕੇ ਖੇਡ ਲੈਣਾ ਕੋਈ ਮਸਲਾ ਬਾਈ ਮੈਂ ਤੂੰ ਮੇਰਾ ਵੱਡਾ ਭਰਾ ਲੱਗਦਾ ਮੈਨੂੰ ਇੱਕ ਇਮਾਨਦਾਰੀ ਨਾਲ ਗੱਲ ਦੱਸ ਹਾਂ ਵੀ ਅੱਜ ਜਦੋਂ ਮੈਂ ਮੰਜਾ ਲੈ ਕੇ ਅੰਦਰ ਵੜਨਾ ਹੈ ਮੈਂ ਕੀ ਬਹਾਨਾ ਲਾਵਾਂਗਾ ਕਿ ਉਹ ਕਹਿਣਗੇ ਮੰਜਾ ਲੈ ਕੇ ਕਿਉਂ ਆਇਆ ਮੈਂ ਉਹਨਾਂ ਕੀ ਕਹਾਂ ਘਰ ਬਾਰਿਸ਼ ਆ ਗਈ ਸੀ ਭੇਜ ਰਿਹਾ ਸੀ ਇੱਥੇ ਅੰਦਰ ਕਰ ਲਓ ਜਹਾਜ਼ ਦੇ ਅੰਦਰ ਕਰ ਲਓ ਨਹੀਂ ਉਹਨਾਂ ਨੂੰ ਕਹਾਂ ਮੈਨੂੰ ਆ ਸੀਟਾਂ 4 ਪੱਟ ਕੇ ਤੇ ਮੈਨੂੰ ਮੰਜਾ ਡਾ ਦੇ ਮੈਨੂੰ ਬਵਾ ਸੀਰ ਆ
ਮੈਂ ਮਦਦ ਦੁਬਈ ਚੱਲਾ ਜਾਂ ਮੈਂ ਜਹਾਜ਼ ਦੇ ਵਿੱਚ ਆਹ ਮੰਜੀ ਵਿਛਾ ਕੇ ਕੋੜੇ ਖਾਣੇ ਆ ਯਾਰ ਪਾਇਲਟ ਕੋ ਇਹ ਜਹਾਜ਼ ਕੀ ਕਹਿੰਦਾ ਫਿਰੂਗਾ ਵੀ ਇਹਦੀ ਪੈਂਦ ਟੈਡ ਕਰਾਉਣੀ ਮੈਂ ਦੁਬਈਓਂ ਪਾਕਿਸਤਾਨ 'ਚ ਸਹੀ ਟੈਡ ਨਹੀਂ ਹੁੰਦੀ ਇਹਦੀ ਪੈਂਦ ਕਿਹੜੀ ਗੱਲੋਂ ਮੈਂ ਲੈ ਕੇ ਜਾਵਾਂ ਜਹਾਜ਼ ਕਿੱਥੇ ਕਿੱਥੇ ਜਾਣ ਦੇਣਾ ਯਾਰ ਨਾਲ ਯਾਰ ਨਹੀਂ ਤੂੰ ਮਤਲਬ ਕਿ ਬੰਦਿਆਂ ਨੂੰ ਕਹੀ ਜ਼ਰਾ ਬਚ ਕੇ ਯਾਰ ਬਚ ਕੇ ਤਾਂ ਲੈ ਕੇ ਵੜ ਜੀ ਓ ਯਾਰ ਕੀ ਕਹੂਗਾ ਜਹਾਜ਼ ਕੋ ਪੁੱਛ ਲਵੇ ਮੰਜਾ ਕਾਲੀ ਲਈ ਚੱਲਾਂ ਓ ਇਹ ਕੀ ਕਹੂਗਾ ਕਿ ਉਧਰ ਕੋ ਮੇਰਾ ਵੈਲਡਿੰਗ ਵਾਲਾ ਭਰਾ ਰਹਿੰਦਾ ਮੈਂ ਇਹਦੇ ਇਹਨੂੰ ਵੈਲਡਿੰਗ ਕਰਾਉਣ ਚੱਲਾਂ ਯਾਰ ਮੈਂ ਯਾਰ ਮੰਜੇ ਕੌਣ ਲੈ ਜਾਂਦਾ ਵਾ ਜਹਾਜ਼ ਦੇ ਵਿੱਚ ਯਾ ਮੈਂ ਨਾ ਇਹ ਕਹਾਂ ਕਿ ਮੈਂ ਜੇ ਨਹੀਂ ਤੌਰ ਤੇ ਮਰ ਗਿਆ ਮੈਨੂੰ ਇੱਥੇ ਲੰਮਾ ਪਾ ਕੇ ਨਵਾ ਦਿਓ ਇਸੇ ਜਹਾਜ਼ ਤੇ ਜਿੱਥੇ ਸਮੁੰਦਰ ਆ ਉੱਥੇ ਮੈਨੂੰ ਸਿੱਟ ਦਿਓ ਪਤਾ ਨਹੀਂ ਜਿਹੜੇ ਜਹਾਜ਼ ਤੁਸੀਂ ਮੁੰਡਾ ਭੇਜਿਆ ਉਹ ਚ ਸੀਟਾਂ ਨਹੀਂ ਹੁੰਦੀਆਂ ਤੂੰ ਇਹਨੂੰ ਮੰਜੇ ਦੇਣ ਨੇ ਆ ਕੇ ਲੈ ਆਰਾਮ ਨਾਲ ਯਾਰ ਤੂੰ ਵੱਡਾ ਭਰਾ ਲੱਗਦਾ 10 ਆ ਸਾਰਾ ਸਮਾਨ ਹੈ ਜਹਾਜ਼ ਦਾ ਯਾਰ ਆ ਹੈ ਖਵਾ ਜਹਾਜ਼ ਦਾ ਸਮਾਨ ਯਾਰ ਕਿਤੇ ਉਹ ਲਾ ਮੈਂ ਦੁਬਈ ਚੱਲਣਾ ਯਾਰ ਖੁਦਾ ਦਾ ਨਾ ਹੀ ਅਸੀਂ ਤਾਂ ਮਸਾ ਆਪਣੇ ਮਗਰੋਂ ਖੱਚ ਲਾਉਣ ਲੱਗੇ ਆ ਤੂੰ ਕਿਹੜਾ ਵੇਸੇ ਸਾਨੂੰ ਮੈਨੂੰ ਅੱਜ ਲੱਗਦਾ ਮੈਂ ਦੁਬਈ ਨਹੀਂ ਚੱਲਾ ਮੈਨੂੰ ਅੱਜ ਲੱਗਦਾ ਸਾਡੀ ਫੁੱਫੀ ਨੂੰ ਤਲਾਕ ਹੋ ਗਈ ਹੈ ਤੇ ਉਹਦਾ ਸਮਾਨ ਵਾਪਸ ਆਇਆ ਹੈ ਇਹ ਆ ਕਿ ਜਿੱਲੇ ਜਹਾਜ਼ ਚ ਮੰਜਾ ਲੈ ਕੇ ਵੜੇਗਾ ਨਾ ਤੇ ਤੇਰਾ ਇਤਿਆਤ ਨਾ ਬੜੀ ਕਿਸੇ ਦੇ ਸਿਰ ਸੁਰ ਚ ਨਾ ਮਾਰ ਦੇ ਓਏ ਇੰਨੀਆਂ ਗੱਲਾਂ ਤੋਂ ਬਾਅਦ ਵੀ ਤੂੰ ਤਸੱਲੀ ਨਾਲ ਮੰਜਾ ਵੜਨੇ ਆ ਜਹਾਜ਼ ਚ ਓ ਜਹਾਜ਼ ਦਾ ਭਾਈ ਜਹਾਜ਼ ਮੰਜਾ ਨਹੀਂ ਵੜ ਸਕਦਾ ਓ ਯਾਰ ਇੱਕ ਬੰਦੇ ਦਾ ਗੇਟ ਹੁੰਦਾ ਇੱਕ ਬੰਦਾ ਲੰਘਦਾ ਆ ਮੰਜਾ ਕਿਦਾਂ ਲਗਾਉਣਾ ਤੂੰ ਏਅਰ ਹੋਸਟਸ ਨੂੰ ਕਹਿ ਦੇਣਾ ਉਹਨੂੰ ਕਹੀਂ ਆ ਕੁੜੀ ਆ ਜਰਾ ਫੜੀ ਇਧਰੋਂ ਲੈ ਉਹ ਮੰਜਾ ਲਗਾਉਂਦੀ ਥੱਕ ਜਾਵੇ ਇਸੇ ਮੰਜੇ ਦੇ ਲੰਮਾ ਪਾ ਕੇ ਕਹੇ ਮੈਨੂੰ ਘੁੱਟ ਓਏ ਓ ਏਅਰ ਹੋਸਟਲ ਹੁੰਦੀ ਆ ਉਹਨੇ ਪੈਂਟ ਕੋਟ ਪਾਏ ਹੁੰਦੇ ਆ ਓ ਯਾਰ ਉੱਥੇ ਕੋਈ ਦਰਵਾਜ਼ੇ ਅੱਗੇ ਗੇਟ ਦੇ ਵਿੱਚ ਕੋਈ ਸਲੂਕੇ ਵਾਲਾ ਧੋਤੀ ਵਾਲਾ ਨਹੀਂ ਖਲੋਤਾ ਹੁੰਦਾ ਕਿ ਉਹ ਕਹੇ ਲਿਆ ਫੜਾ ਭਰਾ ਉਹ ਮਿਸਾਲ ਦਿੱਤੀ ਆ ਓਏ ਓਏ ਉਹ ਸੇਨ ਬਣਾਉਣ ਲੱਗ ਪਿਆ ਇੱਥੇ ਵੀ ਖਰੇ ਮੈਂ ਯਾਰ ਭਾਜੀ ਓਏ ਮੇਰੀ ਕਿਸਮਤ ਆਏ ਸ਼ੁਕਰ ਕਰੋ ਜਿਹੋ ਜਿਹਾ ਖੇਲਿਆ ਓਏ ਓਏ ਰੋਸਟਲ ਦੀਆਂ ਲੱਤਾਂ ਕਹਿਣ ਦੇ ਆ ਹਾਂ ਮੈਂ ਉਹਦੀਆਂ ਤਾਂ ਅਜੀਬ ਇਸੇ ਦਾ ਕਰਦਾ ਨਾਲ ਤੂੰ ਆਲੂ ਬੈਂਗਲ ਖਾਣੇ ਆ ਲੈ ਇਹਨੇ ਮੈਨੂੰ ਲੱਗਦਾ ਕਿਤੇ ਘੁੱਟੀਆਂ ਮੈਂ ਇੱਕ ਵਾਰੀ ਗਿਆ ਸੀ ਬਾਹਰ ਤੇ ਦੁਬਾਰਾ ਤੈਨੂੰ ਮੌਤ ਪੈਂਦੀ ਆ ਤੇਰੇ ਕੀ ਗੱਲ ਆ ਤੇਰਾ ਰਿਜੈਕਟ ਕਰ ਦਿੱਤਾ ਉਹਨਾਂ ਨੇ ਤੂੰ ਆਪ ਚਲ ਜਾ ਦੱਸ ਓ ਯਾਰ ਮੇਰੇ ਅੱਗੋਂ ਚੁੱਕ ਲਓ ਯਾਰ ਉਹ ਮਨੀਰ ਹੋਣਾ ਨੇ ਆਉਣਾ ਯਾਰ ਮੇਰੇ ਦੋਸਤ ਕੀ ਕਹਿਣ ਲੱਗੇ ਯਾਰ ਜਿੱਦਾਂ ਦੇ ਐਕਸਪ੍ਰੈਸ਼ਨ ਦੇਣ ਦੇ ਆ ਮੈਨੂੰ ਲੱਗਣ ਦੇ ਆ ਕਿ ਤੈਨੂੰ ਰਹਿਣ ਦਵਾਂ ਮੈਂ ਆਪ ਨਿਕਲ ਜਾਵਾਂ ਯਾਰ ਮੇਰੇ ਹੋਸਟਲ ਦਾ ਨਾਂ ਲਿਆ ਕਿ ਪੀਜ਼ੇ ਦਾ ਨਾਂ ਲਿਆ ਤੇਰੇ ਮੂੰਹ ਦੇ ਵਿੱਚ ਪਾਣੀ ਆਈ ਜਾਂਦੇ ਆ ਜਿੱਲੇ ਉਹਨੇ ਨਾ ਬੈਗ ਤੁਹਾਡਾ ਫੜ ਕੇ ਉਹ ਖੋਲ ਕੇ ਤੇ ਤੁਸੀਂ ਇੰਜ ਬੈਠੇ ਆ ਹਾਂ ਤੇ ਅੰਮੀ ਯਾਦ ਆ ਜਾਂਦੀ ਬੰਦੇ ਨੂੰ ਜਿਵੇਂ ਉਹ ਲੱਗ ਤੇ ਉੱਚੀ ਜਗ੍ਹਾ ਤੇ ਭਾਉਣ ਲੱਗੀ ਉਹ ਤੈਨੂੰ ਸ਼ਰਮ ਆ ਕੋਈ ਨਹੀਂ ਉਹ ਯਾਰ ਆ ਚੁੱਕ ਆਪਣਾ ਟਿੰਡੇ ਭਾਂਡੇ ਤੇ ਨਿਕਲ ਇੱਥੇ ਮੇਰਾ ਭਰਾ ਸਮਾਨ ਇਹਨੂੰ ਬੁਲਾਇਆ ਓਏ ਉਹ ਹਲੇ ਮਜ਼ੇ ਹੀ ਆਈ ਜਾਂਦੇ ਉਹਨੂੰ ਓਏ ਤੇਰਾ ਸਮਾਨ ਜਿਹੜਾ ਖੋਤਾ ਰੇੜੀ ਤੇ ਲਿਜਾਣ ਵਾਲਾ ਜਹਾਜ਼ ਵਾਲਾ ਨਹੀਂ ਹੈਗਾ ਏ ਸਮੇਂ ਲੱਗੀ ਆ ਕਿ ਨਹੀਂ ਯਾਰ ਆ ਦੇਖ ਤੇ ਸਹੀ ਆ ਮੈਂ ਜਹਾਜ਼ 'ਚ ਲੈ ਕੇ ਜਾਣਾ ਮੈਨੂੰ ਦੱਸ ਉਹ ਕਹਿਣ ਕਿੱਧਰ ਆਇਆ ਮੈਂ ਕਹਾਂ ਭਾਵੇਂ ਥੱਲੇ ਜਗ੍ਹਾ ਨਹੀਂ ਮੈਂ ਉੱਤੇ ਚੌਲ ਭੇਣ ਆਇਆ ਓਏ ਜਿਹੋ ਜਿਹਾ ਦਿਮਾਗ ਨਾ ਸ਼ੁਗਰ ਕਰੋ ਆਹ ਮੰਜਾ ਲੈ ਆਇਆ ਓਏ ਉਹ ਪਤਾ ਨਹੀਂ ਕਿਹੜੀ ਸ਼ਕਰ ਗੰਦੀ ਖਾ ਆਇਆ ਉਹ ਕੀ ਹੋ ਗਿਆ ਮੈਂ ਖੁਸਰਾ ਵਾ ਮੈਂ ਲੈ ਜਿਹੜੇ ਕਮਰੇ ਚ ਰਹਿੰਦਾ ਨਾ ਉਹਦਾ ਨਾ ਇੱਕ ਬਾਲਾ ਮਾੜਾ ਜਿਹਾ ਤਿੜਕਿਆ ਤੇ ਮੈਨੂੰ ਕਹਿੰਦਾ ਕਿ ਯਾਰ ਉਹ ਨਾ ਹੋਵੇ ਕਿਸੇ ਟਾਈਮ ਥੱਲੇ ਆ ਜਾਵੇ ਮੈਂ ਕਿਹਾ ਕੋਈ ਨੀ ਮੈਂ ਥੋਣੀ ਇੱਕ ਭੇਜ ਦੇਣਾ ਤੂੰ ਥੱਲੇ ਦੇ ਦੇ ਉਹਦੇ ਥੱਲੇ ਦੋ ਇੱਟਾਂ ਰੱਖ ਲਈ ਬਾਲਾ ਤਿੜ ਗਿਆ ਉੱਥੇ ਉਹ ਦੁਬਈ ਰਹਿੰਦਾ ਹਾਂਜੀ ਹਾਂਜੀ ਕਿ ਪੱਤੋ ਕੀ ਰਹਿੰਦਾ ਉਹ ਮੈਨੂੰ ਮਾਰੋ ਯਾਰ ਮੈਨੂੰ ਮਾਰੋ ਯਾਰ ਦੱਸੋ ਯਾਰ ਵੱਡੇ ਛੋਟਿਆਂ ਦੀ ਕਸਮ ਆ ਮੈਨੂੰ ਇਹ ਦੱਸ ਉਹ ਵਾਕਈ ਦੁਬਈ ਹੈ ਹਾਂਜੀ ਹਾਂਜੀ ਕਿ ਇੱਥੇ ਰਹਿੰਦਾ ਕਿਤੇ ਪਾਵਾ ਲੈਣੀ ਓਏ ਉੱਥੇ ਨਹੀਂ ਛੱਤਾਂ ਚੋਂਦੀਆਂ ਮੈਨੂੰ ਉਹਨੇ ਦੱਸਿਆ ਸੀ ਮੈਨੂੰ ਯਾਰ ਉਹ ਹਿੱਲਿਆ ਹੋਇਆ ਜੋ ਦੱਸੀ ਜਾਏਗਾ ਤੁਸੀਂ ਕੀਤੀ ਜਾਓਗੇ ਉਹ ਡਰੰਕ ਲੈਣ ਦਾ ਤਸਲਾ ਲੈਣ ਦਾ ਕੂਲਰ ਲੈਣ ਦਾ ਇਹਨੂੰ ਢਾਲਾ ਭਾਈ ਮੈਂ ਤੈਨੂੰ ਦੱਸਣ ਦਿਆ ਭਾਜੀ ਇਹਨੂੰ ਢਾਲਾ ਮੈਂ ਤੈਨੂੰ ਦੱਸ ਦਿੱਤਾ ਇਹਨੂੰ ਢਾਲਾ ਮੈਨੂੰ ਇਸ਼ਾਰੇ ਕਰਦਾ ਗੰਦੇ ਗੰਦੇ ਉਹ ਕਿਤੇ ਤੇਰੀ ਛੇੜ ਤੇ ਨਹੀਂ ਹੈ ਮੱਲੇ 'ਚ ਆਇਆ ਕੀ ਕਰਦਾ ਜਿਲੇ ਤੂੰ ਜਹਾਜ਼ 'ਚ ਵੜੇਗਾ ਨਾ ਤੈਨੂੰ ਮੇਰੀਆਂ ਗੱਲਾਂ ਚੇਤੇ ਆਉਣਗੀਆਂ ਕਿਹੜੀਆਂ ਆਣੀਆਂ ਹਾਂ ਆਇਆ ਮੈਨੂੰ ਦੱਸ ਦਬਾਈ ਏਡਾ ਮਾੜਾ ਯਾਰ ਤੇ ਬਾਲੇ ਪਿਰਦੇ ਪਏ ਮੈਨੂੰ ਤੇ ਇੰਜ ਲੱਗਣ ਡਿਆ ਏਡਾ ਬਾਲਾ ਉੱਤੇ ਪਤਾ ਨਹੀਂ ਕੋਈ ਦੇ ਯਾਰ ਹੌਸਲਾ ਕਰ ਮੁਕਾਬਲਾ ਪੈ ਮੇਰੇ ਮੈਂ ਜੀ ਬਾਤੀ ਦਬਾਈ ਜਾਣਦਾ ਮੈਂ ਕੋਈ ਆ ਦਬਾਈ ਨੂੰ ਪਤਾ ਸਮਾਨ ਸਾਰਾ ਮਿੰਟੋ ਪਹਿਲਾਂ ਬਾਹਰ ਲੈ ਜਾ ਨਹੀਂ ਤੁਸੀਂ ਅੱਗ ਲਾ ਦੇਣੀ ਹੁਣ ਸਾਰੇ ਸਮਾਨ ਨੂੰ ਕਿਹੜੀ ਗੱਲ ਰੱਖਾ ਨਹੀਂ ਗਲੋ ਅਸੀਂ ਪਾਂਡੀਆ ਅਸੀਂ ਤਾਂ ਸਮਾਨ ਸਾਰਾ ਬਾਹਰ ਲੈ ਕੇ ਜਾਈਏ ਉੱਠੋ ਬੜੀ ਮਦਾਰੀ ਹੋ ਗਈ ਮੈਨੂੰ ਦੱਸ ਆ ਮੈਂ ਲੈ ਕੇ ਬਾਲਾ ਮੈਨੂੰ ਦੱਸ ਆ ਬਾਲਾ ਲੈ ਕੇ ਜਹਾਜ਼ 'ਚ ਵੜ ਜਾ ਚੁੱਪ ਕਰ ਉਹ ਬਾਲਾ ਮੈਨੂੰ ਪੁੱਛੋ ਮੈਂ ਬਾਲਾ ਲੈ ਕੇ ਜਹਾਜ਼ 'ਚ ਵੜ ਜਾ ਹੈ ਮੈਂ ਬਾਲੇ ਦੇ ਵਜ੍ਹਾ ਤੋਂ ਜਹਾਜ਼ ਜਾਂਦਾ ਜਾਂਦਾ ਕਿਸੇ ਕਿਸੇ ਜਗ੍ਹਾ ਤੋਂ ਆੜ ਕੇ ਜਹਾਜ਼ ਮਹਿੰਗਾ ਹੋ ਜਵੇ ਉਹ ਤਾਲੇ ਕਿੰਨੇ ਉੱਤੇ ਕਿੰਨਾ ਹੋਗਾ ਤੈਨੂੰ ਦੱਸਾਂ ਇਹ ਜਹਾਜ਼ 'ਚ ਚੱਲਾ ਵਾ ਇਹ ਕਿਸੇ ਕਸ਼ਤੀ 'ਚ ਨਹੀਂ ਚੱਲਾ ਕਿ ਕਸ਼ਤੀ ਕਿਤੇ ਰੋਕੀ ਤੇ ਹੈ ਜਾਂ ਕਿਤੇ ਕਿੰਨੇ ਬਾਹਰ ਠੀਕ ਹੈ 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 ਠੀਕ ਹੈ